ਸਾਰਿਆਂ ਨੂੰ ਸਟਾਪ ਡਾਇਬੀਟੀਜ਼ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 8 ਵੀਕਸ ਟੂ ਅ ਹੈਲਥੀਅਰ ਯੂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ 8 ਹਫ਼ਤਿਆਂ ਵਿੱਚੋਂ 3 ਹਫ਼ਤੇ ਪੂਰੇ ਕਰਨ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਹਫ਼ਤੇ ਅਸੀਂ ਸਰੀਰਕ ਗਤੀਵਿਧੀ ਫਿਜ਼ੀਕਲ ਐਕਟੀਵਿਟੀ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕਰਾਂਗੇ ਸਿਹਤਮੰਦ ਜੀਵਨ ਸ਼ੈਲੀ ਲਈ ਸਿਹਤਮੰਦ ਭੋਜਨ ਅਤੇ ਸਰੀਰਕ ਗਤੀਵਿਧੀਆਂ ਵਿਚਕਾਰ ਸਹੀ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ ਜੇ ਖਾਣਾ ਲੈਣ ਅਤੇ ਸਰੀਰਕ ਗਤੀਵਿਧੀ ਨਾਲ ਅਸੰਤੁਲਨ ਹੋ ਜਾਂਦਾ ਹੈ ਤਾਂ ਭਾਰ ਘੱਟ ਜਾਂ ਵੱਧ ਸਕਦਾ ਹੈ ਉਦਾਹਰਣ ਲਈ ਜੇ ਭੋਜਨ ਦਾ ਦਾਖਲਾ ਜ਼ਿਆਦਾ ਹੈ ਅਤੇ ਸਰੀਰਕ ਕਿਰਿਆ ਘੱਟ ਹੈ ਤਾਂ ਇਹ ਭਾਰ ਵੱਧ ਸਕਦਾ ਹੈ ਜੇ ਭੋਜਨ ਦੀ ਕਮੀ ਹੈ ਸਰੀਰਕ ਗਤੀਵਿਧੀ ਜ਼ਿਆਦਾ ਹੈ ਤਾਂ ਇਹ ਭਾਰ ਘੱਟ ਸਕਦਾ ਹੈ ਇਸ ਲਈ ਬਿਹਤਰ ਸਿਹਤ ਲਈ ਚੰਗੀ ਖੁਰਾਕ ਅਤੇ ਸਰੀਰਕ ਗਤੀਵਿਧੀ ਵਿਚਕਾਰ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ ਸਰੀਰਕ ਗਤੀਵਿਧੀਆਂ ਦੇ ਬਹੁਤ ਲਾਭ ਹਨ ਇਸ ਨਾਲ ਤੁਸੀਂ ਦਿਲ ਦੀ ਬਿਮਾਰੀ ਤੋਂ ਬਚ ਸਕਦੇ ਹੋ ਕੀ ਤੁਸੀਂ ਜਾਣਦੇ ਹੋ ਕੈਨੇਡਾ ਵਿੱਚ ਦਿਲ ਦੀ ਬਿਮਾਰੀ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਇਸ ਦੇ ਨਾਲ ਤੁਸੀਂ ਸ਼ੂਗਰ ਰੋਗ ਹਾਈ ਬਲੱਡ ਪ੍ਰੈਸ਼ਰ ਹਾਈ ਕੋਲੈਸਟਰਾਲ ਮੋਟਾਪਾ ਅਤੇ ਹੱਡੀਆਂ ਦੀ ਬਿਮਾਰੀ ਤੋਂ ਬਚ ਸਕਦੇ ਹੋ ਇਸ ਦੇ ਨਾਲ ਤਣਾਅ ਸਟ੍ਰੈਸ ਵੀ ਘਟਦਾ ਹੈ ਅਤੇ ਐਨਰਜੀ ਦੇ ਲੈਵਲ ਵੱਧਦੇ ਹਨ ਇਹਦੇ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਪਾਚਨ ਸ਼ਕਤੀ ਵੱਧ ਜਾਂਦੀ ਹੈ ਰੋਜ਼ਾਨਾ ਵਰਜਿਸ਼ ਕਰਨ ਨਾਲ ਤੁਸੀਂ ਚੰਗੇ ਦਿਖਦੇ ਹੋ ਅਤੇ ਮਹਿਸੂਸ ਵੀ ਬਿਹਤਰ ਕਰਦੇ ਹੋ ਮੁੱਖ ਤੌਰ 'ਤੇ 3 ਕਿਸਮ ਦੀਆਂ ਸਰੀਰਕ ਗਤੀਵਿਧੀਆਂ ਹੁੰਦੀਆਂ ਹਨ ਐਰੋਬਿਕ ਐਕਸਰਸਾਈਜ਼ ਰੈਜ਼ਿਸਟੈਂਸ ਐਕਸਰਸਾਈਜ਼ ਅਤੇ ਸਟ੍ਰੈਚਿੰਗ ਐਕਸਰਸਾਈਜ਼ ਆਓ ਦੇਖੀਏ ਇਹ ਗਤੀਵਿਧੀਆਂ ਕੀ ਹਨ ਐਰੋਬਿਕ ਐਕਸਰਸਾਈਜ਼ ਉਹ ਕਸਰਤ ਜੋ ਤੁਹਾਡੇ ਦਿਲ ਦੀ ਧੜਕਣ ਨੂੰ ਵਧਾਏ ਅਤੇ ਘੱਟ ਤੋਂ ਘੱਟ 10 ਮਿੰਟ ਲਈ ਲਗਾਤਾਰ ਕੀਤੀ ਜਾਏ ਜਿਵੇਂ ਕਿ ਤੇਜ਼ ਤੇਜ਼ ਚੱਲਣਾ ਸਵਿਮਿੰਗ ਡਾਂਸਿੰਗ ਜਾਂ ਪਾਣੀ ਵਿੱਚ ਕੀਤੀਆਂ ਹੋਈਆਂ ਐਕਸਰਸਾਈਜ਼ ਹੈਲਥ ਕੈਨੇਡਾ ਵੱਲੋਂ ਤੁਹਾਨੂੰ ਹਫ਼ਤੇ ਵਿੱਚ 150 ਮਿੰਟ ਐਰੋਬਿਕ ਐਕਸਰਸਾਈਜ਼ ਕਰਨੀ ਚਾਹੀਦੀ ਹੈ ਇਹ ਤੁਸੀਂ ਜਾਂ 30 ਮਿੰਟ 5 ਦਿਨ ਕਰੋ ਜਾਂ 20 ਮਿੰਟ ਲਈ ਰੋਜ਼ ਐਕਸਰਸਾਈਜ਼ ਕਰੋ ਦੂਜੀ ਰੈਜ਼ਿਸਟੈਂਸ ਐਕਸਰਸਾਈਜ਼ ਉਹ ਕਸਰਤ ਜਿਸ ਦੇ ਵਿੱਚ ਭਾਰ ਦੇ ਵਿਰੁੱਧ ਜਾਣ ਲਈ ਮਾਸਪੇਸ਼ੀਆਂ ਮਸਲ ਦਾ ਇਸਤੇਮਾਲ ਕੀਤਾ ਜਾਏ ਜਿਵੇਂ ਕਿ ਵੇਟਸ ਜਾਂ ਫਿਰ ਰੈਜ਼ਿਸਟੈਂਸ ਬੈਂਡ ਦੀ ਵਰਤੋਂ ਹੈਲਥ ਕੈਨੇਡਾ ਵੱਲੋਂ ਇਹ ਹਫ਼ਤੇ ਵਿੱਚ 2 ਜਾਂ 3 ਦਿਨ 5 ਜਾਂ 10 ਮਿੰਟ ਲਈ ਹੋਣੀਆਂ ਚਾਹੀਦੀਆਂ ਹਨ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਡਾਇਬੀਟੀਜ਼ ਕੈਨੇਡਾ ਦੀ ਵੈਬਸਾਈਟ 'ਤੇ ਜਾ ਸਕਦੇ ਹੋ ਤੀਜੀ ਐਕਸਰਸਾਈਜ਼ ਸਟ੍ਰੈਚਿੰਗ ਜਿਸ ਦੇ ਨਾਲ ਸਰੀਰ ਦੀ ਲਚਕ ਵੱਧਦੀ ਹੈ ਜਿਵੇਂ ਕਿ ਯੋਗਾ ਇਹ ਰੋਜ਼ ਹੋਣੀ ਚਾਹੀਦੀ ਹੈ ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਗੱਲ ਕਰੋ ਸਰੀਰਕ ਗਤੀਵਿਧੀ ਸ਼ੁਰੂ ਕਰਨ ਲਈ ਆਮ ਤੌਰ 'ਤੇ ਬਹੁਤ ਰੁਕਾਵਟਾਂ ਆਉਂਦੀਆਂ ਹਨ ਆਓ ਕੁਝ ਰੁਕਾਵਟਾਂ ਬਾਰੇ ਗੱਲਾਂ ਕਰੀਏ ਮੇਰੇ ਕੋਲ ਕੋਈ ਸਮਾਂ ਨਹੀਂ ਹੈ ਸਰੀਰਕ ਗਤੀਵਿਧੀ ਦਾ ਹਰ ਮਿੰਟ ਲਾਭਦਾਇਕ ਹੁੰਦਾ ਹੈ ਤੁਸੀਂ 5 ਤੋਂ 10 ਮਿੰਟ ਦੇ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਹੌਲੇ ਹੌਲੇ ਸਮਾਂ ਪਾ ਕੇ ਵਧਾ ਸਕਦੇ ਹੋ ਦੂਜਾ ਮੈਂ ਬਹੁਤ ਥੱਕ ਜਾਂਦਾ ਹਾਂ ਰੋਜ਼ਾਨਾ ਤੌਰ 'ਤੇ ਸਰੀਰਕ ਗਤੀਵਿਧੀ ਐਨਰਜੀ ਲੈਵਲਸ ਵਧਾਉਂਦੀ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ ਪਹਿਲਾ ਕਦਮ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਤੁਸੀਂ ਇੱਕ ਵਾਰ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਬਹੁਤ ਬਿਹਤਰ ਮਹਿਸੂਸ ਹੋਵੇਗਾ ਮੈਂ ਕਸਰਤ ਕਰਨ ਲਈ ਪ੍ਰੇਰਿਤ ਨਹੀਂ ਹਾਂ ਆਪਣੀ ਪਸੰਦੀਦਾ ਐਕਸਰਸਾਈਜ਼ ਦੇ 5 ਮਿੰਟ ਨਾਲ ਸ਼ੁਰੂ ਕਰੋ ਇੱਕ ਵਾਰ ਤੁਸੀਂ ਇਸਨੂੰ ਸ਼ੁਰੂ ਕਰਦੇ ਹੋ ਤੁਸੀਂ ਇਸਦਾ ਆਨੰਦ ਮਾਣ ਸਕਦੇ ਹੋ ਅਤੇ ਇਸਨੂੰ ਜਾਰੀ ਰੱਖਣਾ ਚਾਹੁੰਦੇ ਹੋ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ ਇਸ ਲਈ ਅੱਗੇ ਵਧੋ ਅਤੇ ਉਹਨਾਂ ਗਤੀਵਿਧੀਆਂ ਦੀ ਸੂਚੀ ਬਣਾਓ ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ ਜਿਮ ਬਹੁਤ ਮਹਿੰਗਾ ਹੈ ਤੁਹਾਨੂੰ ਐਕਸਰਸਾਈਜ਼ ਕਰਨ ਲਈ ਜਿਮ ਜਾਣ ਦੀ ਲੋੜ ਨਹੀਂ ਹੈ ਇਹ ਐਕਸਰਸਾਈਜ਼ ਤੁਸੀਂ ਆਪਣੇ ਘਰ ਵੀ ਕਰ ਸਕਦੇ ਹੋ
मैं अपने आप अकेले कर अभ्यास नहीं करना चाहता। इस लई तुसी अपने दोस्त या परिवार के मैंबर नूं अपने नाल शामिल कर सकते हो। प्रेरित रहने का यह एक बहुत वधिया तरीका है। आओ हुण स्मार्ट टीचा बनाइए जो कि खास होवे, मापण योग होए, प्राप्त हो सके अते समय नाल पूरा किया जा सके। उदाहरण लई जिमें कि इस हफ्ते मैं एक्सरसाइज करांगा, मैं हफ्ते विच घट तो घट 5 दिन 30 मिनट लई सैर लई जावांगा। मैं दोपहर के खाने तो बाद अपने सहकर्मियों नाल 10 मिनट की सैर लई जावांगा अते हौली हौली 4 हफ्तियां की मियाद विच 30 मिनट तक का निर्माण करांगा। असीं तुहानूं शुभकामनावां देंदे हाँ। याद रखो यह सिर्फ थोड़े समय लई नहीं करना है, इसनूं तुसीं जिंदगी भर नाल रखना है। अपनी सेहत संभाल योजना विच कोई भी बदलाव करन तो पहला जां शुरू करन तो पहला जां बंद करन तो पहला अपने डॉक्टर नाल जरूर गल करो। इन्हां पेशकारियां विच जानकारी एक आम प्रकृति दी है जो कि तुहाडे डॉक्टर दी सलाह नूं नहीं बदलदी।